ਬੇਅਦਬੀ ਅਤੇ ਬਾਈਬਲ ਕਲਾ ਮਾਮਲਿਆਂ ਦੀ ਜਾਂਚ ਲਈ ਬਣੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਨਕਾਰਨ ਵਾਲੇ ਬਾਦਲ ਪਿਓ ਪੁੱਤ ਨੇ ਬੇਸ਼ੱਕ ਸਿੱਟ ਦੇ ਸਾਹਮਣੇ ਪੇਸ਼ ਹੋਣ ਦਾ ਫੈਸਲਾ ਕਰ ਲਿਆ, ਪਰ ਇਸ ਤੋਂ ਬਾਅਦ ਅਕਾਲੀ ਦਲ ਨੇ ਆਪਣੇ ਪੁਰਾਣੇ ਪੈਂਤੜੇ ਵਰਤਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਰਕਾਰੀ ਅਫਸਰਾਂ ਦੇ ਨਾਲ ਨਾਲ ਜੱਜਾਂ ਨੂੰ ਦਬਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਰਅਸਲ SIT ਵੱਲੋਂ ਭੇਜੇ ਗਏ ਸੰਮਣ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣਾ ਸਵੀਕਾਰ ਕਰ ਲਿਆ, ਪਰ 16 ਨਵੰਬਰ ਨੂੰ ਵਿਸ਼ੇਸ਼ ਜਾਂਚ ਟੀਮ ਕੋਲ ਪ੍ਰਕਾਸ਼ ਸਿੰਘ ਬਾਦਲ ਦੀ ਹੋਣ ਵਾਲੀ ਪੇਸ਼ੀ ਤੋਂ ਐਨ ਪਹਿਲਾਂ ਦੋ ਸੀਨੀਅਰ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬਕਾਇਦਾ ਪ੍ਰੈਸ ਬਿਆਨ ਜਾਰੀ ਕਰ ਜਾਂਚ ਅਧਿਕਾਰੀ ਅਤੇ IG ਕੁੰਵਰ ਵਿਜੇ ਪ੍ਰਤਾਪ ਨੂੰ ਚੰਗੀ ਝਾੜ ਪਾਈ ਹੈ। ਜਾਰੀ ਕੀਤੇ ਗਏ ਪ੍ਰੈਸ ਬਿਆਨ 'ਚ ਕਿਹਾ ਗਿਆ ਕਿ ਪੰਜਾਬ ਪੁਲਿਸ ਦੇ IG ਅਤੇ ਸਿੱਟ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੇਸ਼ੀ ਬਾਰੇ ਕੀਤੀਆਂ ਟਿੱਪਣੀਆਂ ਗੈਰ ਪੇਸ਼ੇਵਰ, ਨਜਾਇਜ਼ ਅਤੇ ਸਿਆਸੀ ਮੌਕਾ ਪ੍ਰਸਤੀ ਨਾਲ ਲਬਰੇਜ਼ ਹਨ। ਉਨ੍ਹਾਂ ਕਿਹਾ ਕਿ ਇਹ ਸੀਨੀਅਰ ਪੁਲਿਸ ਅਧਿਕਾਰੀ ਸ਼ਰੇਆਮ ਆਪਣੇ ਸਿਆਸੀ ਅਕਾਵਾਂ ਦੀ ਬੋਲੀ ਬੋਲ ਰਿਹਾ ਅਤੇ ਉਹ ਪੁਲਿਸ ਅਧਿਕਾਰੀ ਆਪਣੇ ਸਿਆਸੀ ਰਹਿਬਰਾਂ ਵੱਲੋਂ ਰਟਾਈਆਂ ਗਈਆਂ ਗੱਲਾਂ ਨੂੰ ਦੁਹਰਾ ਰਿਹਾ। ਦਰਅਸਲ ਇਸ ਪੁਲਿਸ ਅਧਿਕਾਰੀ ਵੱਲੋਂ ਮੀਡੀਆ 'ਚ ਕਿਹਾ ਗਿਆ ਸੀ ਕਿ ਇੱਕ 15 ਤੋਂ 65 ਸਾਲ ਉਮਰ ਹੱਦ ਤੋਂ ਬਾਹਰਲੇ ਵਿਅਕਤੀ ਨੂੰ ਸੰਮਣ ਕਰਨ ਦੀ ਸੂਰਤ 'ਚ ਜੇਕਰ ਉਹ ਖੁਦ ਪੇਸ਼ ਹੋਣ ਤੋਂ ਅਸਮਰੱਥ ਹੋਵੇ ਤਾਂ ਉਸ ਲਈ ਕੁਝ ਸਹੂਲਤਾਂ ਦੀ ਵਿਵਸਥਾ ਵੀ ਸੰਬੰਧਿਤ ਕਾਨੂੰਨ ਵਿੱਚ ਹੁੰਦੀ ਹੈ। ਜਦਕਿ ਸੀਨੀਅਰ ਬਾਦਲ ਬਕਾਇਦਾ Z+ ਸਰਕਾਰੀ ਸੁਰੱਖਿਆ ਅਤੇ ਵਾਹਨ ਵਰਤ ਰਹੇ ਹੋਣ ਦੇ ਨਾਲ ਨਾਲ ਰੋਜ਼ਾਨਾ ਦੇ ਜੀਵਨ 'ਚ ਸਰਗਰਮੀ ਨਾਲ ਵਿਚਰ ਰਹੇ ਹਨ। ਖੈਰ, ਸਿੱਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਸੰਮਣ ਭੇਜ ਕੇ ਆਪਣੀ ਸਹੂਲਤ ਅਨੁਸਾਰ ਜਗ੍ਹਾ ਦੱਸਣ ਲਈ ਕਿਹਾ ਗਿਆ ਅਤੇ ਹੁਣ 16 ਨਵੰਬਰ ਯਾਨੀ ਕਿ ਭਲਕੇ ਨੂੰ ਪ੍ਰਕਾਸ਼ ਸਿੰਘ ਬਾਦਲ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣਗੇ ਅਤੇ ਦੇਖਣਾ ਇਹ ਹੈ ਕਿ ਇਸ ਪੇਸ਼ੀ ਤੋਂ ਬਾਅਦ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਨੂੰ ਕਿਹੜਾ ਨਵਾਂ ਰੁਖ ਮਿਲਦਾ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ 5:30 ਬੈਂਡ ਥੋੜੇ ਹੁੰਦੇ। ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬੌਰਨ ਆ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ, ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ। ਚੱਲ ਬੈਠ ਜਾ ਕੇ ਆਸਟ੍ਰੇਲੀਆ ਆਸਟ੍ਰੇਲੀਆ। ਮੈਲਬੌਰਨ ਜਾਣਾ ਜੀ, ਪਰ 50% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ ਹੈ? ਉਹ ਕਾਲੇ ਦੇ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73-74-75, Sector 17D, ਚੰਡੀਗੜ੍ਹ। ਕੰਟੈਕਟ 0181-5049-999।